ਜੀ ਤੁਹਾਡਾ ਨਾਮ ਕੀ, ਕਿੱਥੋਂ ਆਏ ਤੁਸੀਂ? ਅਮਨਦੀਪ ਜੀ, ਫਦਮਾ ਤੋਂ। ਠੀਕ ਹੈ, ਤੁਹਾਡਾ ਪਿੰਡ ਫਦਮਾ, ਇੱਥੇ ਹੁਸ਼ਿਆਰਪੁਰ ਦੇ ਪਿੰਡ? ਹਾਂਜੀ ਹਾਂਜੀ। ਠੀਕ ਹੈ, ਹੁਸ਼ਿਆਰਪੁਰ ਜੀ। ਤੁਹਾਨੂੰ ਕੀ ਖਾਸ ਲੱਗਿਆ ਇਸ ਬੀਜ ਦੇ ਵਿੱਚ, ਜਿਹੜੇ ਚਾਂਦ ਸੀਡ ਕੰਪਨੀ ਦਾ C1415 ਅਤੇ ਇੱਧਰ ਇੱਕ ਹੋਰ ਪ੍ਰਾਈਵੇਟ ਕੰਪਨੀ ਦਾ, ਵਧੀਆ ਨਾਮੀ ਵੱਡੀ ਕੰਪਨੀ ਇੱਧਰ ਵੀ? ਇਹਦਾ ਲੈਂਥ ਦਾ ਜੀ, ਲੰਬਾਈ ਥੋੜ੍ਹਾ ਲੈਂਥ ਜ਼ਿਆਦਾ ਆ ਜੀ, ਅਤੇ ਇੱਕ ਲਾਈਨਾਂ ਜ਼ਿਆਦਾ ਇਹਦੇ ਵਿੱਚ, ਅਤੇ ਇੱਕ ਇਹਦਾ ਜਿਹੜਾ ਟੰਡ ਆ ਉਹ ਹਰੇ ਹਰੇ ਪੰਚ ਜ਼ਿਆਦਾ ਆ ਜੀ। ਹਾਂਜੀ, ਅਤੇ ਇੱਕ ਆਪਾਂ ਇਹਨਾਂ ਨਾਲ ਗੱਲ ਕਰਨੀ ਚਾਹਾਂਗੇ, ਹਰਜਿੰਦਰ ਸਿੰਘ, ਜਿਸ ਤਰ੍ਹਾਂ ਇਹ ਬੀਜ, ਚਾਹੇ ਇਹ ਕੰਪਨੀ ਦਾ ਚਾਹੇ ਇਹ ਵੇ, ਇੱਧਰ ਹੁਸ਼ਿਆਰਪੁਰ ਦੇ ਜਿਹੜਾ ਪਹਾੜੀ ਏਰੀਆ ਇਹਦੇ ਨੇੜੇ ਤੇੜੇ ਝਾੜ ਜਿਹੜਾ ਔਸਤ ਕਿੰਨਾ ਰਹਿੰਦਾ ਗਿੱਲੀ ਮੱਕੀ ਦਾ, ਜਿਹੜੀ ਸਿੱਧੀ ਵਢਾਈ? ਜਿਹੜੀ ਸਾਡੇ ਇਸ ਏਰੀਏ ਦੇ ਵਿੱਚ ਕਰੀਬ ਗਿੱਲੀ ਮੱਕੀ ਦਾ 60 ਕੁਇੰਟਲ ਤੋਂ ਕਰੀਬ ਹੋ ਜਾਂਦਾ ਹੈ, 50 ਤੋਂ 60 ਸਾਡੇ ਨੋਰਮਲ ਆ ਜੀ। ਜੀ, 50 ਤੋਂ 60 ਲਗਭਗ ਕਹਿ ਲਈਏ ਐਵਰੇਜ, ਜਿਹੜੀ 50 ਕੁਇੰਟਲ ਦੀ ਹੈ। ਹਾਂਜੀ, ਅਤੇ ਜਿਹੜੀ ਸੁੱਕੀ ਮੱਕੀ ਹੈ ਫਿਰ, ਜਿਹੜਾ ਆਪਾਂ ਪੂਰੀ ਤਰ੍ਹਾਂ ਸੁਕਾ ਲਿਆ ਜਾਂਦਾ ਦਾਣਾ, ਉਹ ਝਾੜ ਕਿੰਨਾ ਰਹਿੰਦਾ? 40 ਕੁਇੰਟਲ। ਠੀਕ ਹੈ, 40-42 ਇੱਥੇ ਤਾਂ ਹੀ ਰਹਿੰਦਾ ਹੈਗਾ। ਠੀਕ ਹੈ, ਹਾਂਜੀ। ਅਤੇ ਜੇ ਗੱਲ ਕੀਤੀ ਆਪਾਂ ਖੁਰਾਕ ਦੀ, ਖੁਰਾਕ ਦੋਨਾਂ ਨੂੰ ਬਰਾਬਰ ਹੈ? ਖੁਰਾਕ ਬਿਲਕੁਲ। ਸਾਈਲੇਜ ਦੀ ਗੱਲ ਕੀਤੀ ਜਾਵੇ ਤਾਂ ਕੰਪਨੀ ਦਾ ਕਹਿਣਾ ਕਿ ਇਹਦੇ 'ਚ ਜੂਸ ਦੀ ਮਾਤਰਾ ਵੀ ਵੱਧ ਹੈ, ਬਿਲਕੁਲ ਲਗਾਤਾਰ ਸਿੱਲ ਬਣੀ ਰਹਿੰਦੀ ਹੈ, ਹਾਂਜੀ ਹਾਂਜੀ, ਖਰਾਬ ਨਹੀਂ ਹੁੰਦਾ ਹੈਗਾ ਅਤੇ ਮਿਠਾਸ ਦੁੱਗਣੀ ਹੈ। ਦੋਸਤੋ, ਇਸ ਵਕਤ ਹੁਸ਼ਿਆਰਪੁਰ ਦੇ ਪਿੰਡ ਫੁਗਲਾਣਾ ਦੇ ਕਿਸਾਨ ਦੇ ਖੇਤ ਵਿੱਚ ਖੜ੍ਹੇ ਹਾਂ, ਜਿੱਥੇ ਮੱਕੀ ਦੇ 2 ਕੰਪਨੀਆਂ ਦੇ ਬੀਜ ਖੇਤ ਦੇ ਵਿੱਚ ਲਗਾਏ ਹੋਏ ਨੇ। ਕਿਸਾਨ ਜਿਹੜੇ ਡੇਅਰੀ ਫਾਰਮਿੰਗ ਨਾਲ ਜੁੜੇ ਹੋਏ ਨੇ, ਦੁੱਧ ਉਤਪਾਦਕ ਨੇ, ਉਹਨਾਂ ਦੀ ਪਹਿਲ ਹੁੰਦੀ ਹੈ ਕਿ ਉਹਨਾਂ ਦਾ ਸਾਈਲੇਜ ਵਧੀਆ ਕੁਆਲਿਟੀ ਦਾ ਹੋਵੇ, ਅਤੇ ਜੇਕਰ ਉਹ ਫੀਡ ਵਗੈਰਾ ਵੀ ਤਿਆਰ ਕਰਦੇ ਨੇ ਤਾਂ ਉਸ ਦੇ ਵਿੱਚ ਭਰਪੂਰ ਤੱਤ ਹੋਣੇ ਚਾਹੀਦੇ ਨੇ ਜਿਹੜੇ ਕਿ ਦੁੱਧ ਵਧਾਉਣ ਦੇ ਵਿੱਚ ਕਾਰਗਰ ਹੋਣ, ਅਤੇ ਇਸ ਦੇ ਨਾਲ ਨਾਲ ਪਸ਼ੂਆਂ ਦੀ ਸਿਹਤ ਵੀ ਵਧੀਆ ਬਣੀ ਰਹੇ। ਇਸ ਵਕਤ ਆਪਣੇ ਨਾਲ ਨੇ ਕਿਸਾਨ ਹਰਜਿੰਦਰ ਸਿੰਘ ਫੁਗਲਾਣਾ, ਅਤੇ ਨਾਲ ਹੋਰ ਕਿਸਾਨ ਖੜ੍ਹੇ ਨੇ। ਅਤੇ ਇੱਧਰ ਦੱਸ ਦੇਵਾਂ ਕਿ ਇੱਕ ਕਿਸੇ ਹੋਰ ਕੰਪਨੀ ਦਾ ਬੀਜ ਹੈ ਜਿੱਧਰ ਆਪਾਂ ਹਰਜਿੰਦਰ ਸਿੰਘ ਖੜ੍ਹੇ ਨੇ, ਅਤੇ ਇਸ ਪਾਸੇ ਚਾਂਦ ਸੀਡ ਕੰਪਨੀ ਦਾ C1415 ਬੀਜ ਹੈ ਜਿਸ ਦੀ ਬਿਜਾਈ ਕੀਤੀ ਹੋਈ ਹੈ। ਅਤੇ ਇਸ ਦੇ ਵਿੱਚ ਜਿਹੜੀਆਂ ਛੱਲੀਆਂ ਨੇ ਕਿੰਨੀਆਂ ਨੇ, ਕਿੰਨੇ ਦਾਣੇ ਨੇ, ਕੀ ਹਿਸਾਬ ਕਿਤਾਬ ਹੈ, ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ। ਹਰਜਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ। ਹਰਜਿੰਦਰ ਸਿੰਘ ਜੀ, ਤੁਸੀਂ ਇਹ 2 ਕੰਪਨੀਆਂ ਦੇ ਬੀਜ ਲਗਾਏ ਨੇ, ਪਹਿਲਾਂ ਇਹ ਦੱਸੋ ਕਿੰਨੀ ਦੇਰ ਤੋਂ ਤੁਸੀਂ ਮੱਕੀ ਦੀ ਖੇਤੀ ਕਰ ਰਹੇ ਹੋ? ਮੈਨੂੰ ਕਰੀਬਨ 8 ਸਾਲ ਹੋ ਗਏ ਮੱਕੀ ਦੀ ਖੇਤੀ ਕਰਦੇ ਜੀ। ਇਹ ਮੱਕੀ ਤੋਂ ਪਹਿਲਾਂ ਇੱਥੇ ਕਿਹੜੀ ਫਸਲ ਸੀ? ਇੱਥੇ ਆਲੂ ਸੀਗੇ ਪਹਿਲਾਂ ਜੀ। ਜੀ, ਬੀਜ ਤਿਆਰ ਸੀ, ਆਲੂ ਦਾ ਬੀਜ ਤਿਆਰ ਕਰੀਦਾ। ਠੀਕ ਹੈ, ਤੁਸੀਂ ਆਲੂ ਦਾ ਬੀਜ ਤਿਆਰ ਕਰਦੇ ਹੋ, ਅਤੇ ਇਸ ਦੇ ਹੁਣ ਜੇ ਆਪਾਂ ਗੱਲ ਕਰੀਏ ਮੱਕੀ ਦੀ, ਤਾਂ ਇੱਧਰ ਜਿਹੜਾ ਬੀਜ ਹੈ ਇੱਕ ਕੰਪਨੀ ਦਾ ਹੈ, ਅਤੇ ਇੱਧਰ ਚਾਂਦ ਸੀਡ ਕੰਪਨੀ ਦਾ ਤੁਸੀਂ ਬੀਜਿਆ ਹੋਇਆ C1415। ਜੀ ਜੀ, ਤੁਹਾਨੂੰ ਫਰਕ ਕੀ ਲੱਗਿਆ ਹੁਣ ਤੱਕ? ਫਰਕ ਇਹਦੀ ਥੋੜ੍ਹੀ ਛੱਲੀ ਵੀ ਲੰਬੀ ਹੈਗੀ ਆ। ਅੱਛਾ, ਜਿੱਦਾਂ ਇਸ ਛੱਲੀ ਦੇ ਵਿੱਚ ਦਾਣੇ ਹੈਗੇ ਆ 40 ਤੋਂ 42, ਉਹਦੇ ਹੈਗੇ 45 ਦਾਣੇ ਨੇ। ਜਿਹੜੀ ਛੱਲੀ ਦੀ ਲੈਂਥ ਆ ਉਹ ਲੰਬੀ ਹੈਗੀ ਆ, ਔਰ ਉਹਦੀ ਜਿਹੜੀਆਂ ਲਾਈਨਾਂ ਛੱਲੀ ਦੇ ਦਾਣਿਆਂ ਦੀਆਂ ਲਾਈਨਾਂ, ਉੱਧਰ ਹੈਗੀਆਂ 16 ਤੋਂ 18, ਇੱਧਰ ਹੈਗੀਆਂ 13 ਤੋਂ 14। ਠੀਕ, ਇਹ ਫਰਕ ਆ, ਛੱਲੀ ਵੀ ਮੋਟੀ ਆ ਉੱਧਰ। ਠੀਕ ਹੈ, ਮਤਲਬ ਵੇਖੀਏ ਜਿਹੜੇ ਦਾਣੇ ਨੇ ਉਹਨਾਂ ਦੀ ਗਿਣਤੀ ਵੀ ਜ਼ਿਆਦਾ। ਬਿਲਕੁਲ ਜੀ, ਅਤੇ ਲੰਬਾਈ ਜ਼ਿਆਦਾ, ਦਾਣਾ ਮੋਟਾ ਵੀ ਹੈ। ਹਾਂਜੀ, ਮੋਟਾ ਵੀ, ਦਾਣਾ ਮੋਟਾ ਹੈ, ਲੰਬਾਈ ਜ਼ਿਆਦਾ ਆ ਜੀ। ਅਤੇ ਇਸ ਤੋਂ ਇਲਾਵਾ ਜਿਹੜੇ ਇਸਦੇ ਬੂਟਿਆਂ ਦੀ ਜੇ ਆਪਾਂ ਗੱਲ ਕਰੀਏ, ਬੂਟਿਆਂ ਦੇ ਵਿੱਚ ਤੁਹਾਨੂੰ ਕੀ ਫਰਕ ਲੱਗ ਰਿਹਾ ਦੋਨਾਂ ਕੰਪਨੀਆਂ ਦੇ? ਅਸਲ 'ਚ ਇਹਦੇ ਜਿਹੜੇ ਬੂਟੇ ਹੈਗੇ ਆ ਪੱਕਣ 'ਤੇ ਵੀ ਹਰੇ ਆ, ਮੰਨ ਲਓ ਅਸੀਂ ਛੱਲੀ ਅਗਰ ਤੋੜ ਕੇ ਇਹਨਾਂ ਨੂੰ ਵਰਤ ਵੀ ਸਕਦੇ ਹਾਂ, ਟਾਂਡਿਆਂ ਨੂੰ ਸੈਲੇਜ ਵਾਸਤੇ ਵਰਤ ਸਕਦੇ ਹਾਂ, ਅਤੇ ਇਹਦੇ ਜਦੋਂ ਛੱਲੀ ਪੱਕ ਜਾਂਦੀ ਆ ਇਹ ਫਿਰ ਟਾਂਡਾ ਸੁੱਕਣਾ ਸ਼ੁਰੂ ਹੋ ਜਾਂਦਾ ਉਸ ਲਈ 1-2 ਦਿਨ ਬਾਅਦ ਹੀ। ਠੀਕ ਹੈ, ਇਹ ਹਰਾ ਰਹਿੰਦਾ ਹੈਗਾ ਟਾਂਡਾ ਇਹਦਾ। ਠੀਕ ਹੈ, ਅਤੇ ਇੱਕ ਜਿਸ ਤਰ੍ਹਾਂ ਹੋਰ ਕਿਹਾ ਜਾ ਰਿਹਾ ਕਿ ਜਿਵੇਂ ਇਸ ਦੇ ਵਿੱਚ ਜਿਹੜਾ ਰਸ ਹੈ
ਜਦੋਂ ਸਾਈਲੇਜ ਤਿਆਰ ਕੀਤਾ ਜਾਂਦਾ ਤਾਂ ਉਸ ਤੋਂ ਬਾਅਦ 'ਚ ਉਹ ਖੁਸ਼ਕ ਜਿਹਾ ਹੋਣਾ ਸ਼ੁਰੂ ਹੋ ਜਾਂਦਾ, ਜਦੋਂ ਕਿ ਇਸ ਦੇ ਵਿੱਚ ਕਹਿਣਾ ਕੰਪਨੀ ਦਾ ਕਿ ਇਸ ਦੇ ਵਿੱਚ ਲਗਾਤਾਰ ਜਿਹੜਾ ਰਸ ਬਣਿਆ ਰਹਿੰਦਾ, ਕਹਿ ਲਈਏ ਤਾਂ ਜੂਸ ਦੀ ਮਾਤਰਾ ਜਿਹੜੀ ਹੈ ਲਗਾਤਾਰ ਬਣੀ ਰਹਿੰਦੀ ਹੈ। ਜੀ ਜੀ, ਇਹ ਤਾਂ ਫਰਕ ਹੈਗਾ। ਅਤੇ ਇਸ ਤੋਂ ਸਾਡਾ ਹੋਰ ਵੀ ਐਕਸਪੈਰੀਮੈਂਟ ਆ, ਇੱਥੇ ਅਵਾਰਾ ਪਸ਼ੂ ਸਾਡੇ ਇਹਨਾਂ ਨੂੰ ਛੱਲੀਆਂ ਨੂੰ ਖਾਂਦੇ ਆ। ਅੱਛਾ, ਟਾਂਡੇ ਨੂੰ ਖਾਂਦੇ ਆ, ਇਹਨੂੰ ਮੂੰਹ ਨਹੀਂ ਲਾਉਂਦੇ ਹੈਗੇ, ਸਿਰਫ ਇਹਨੂੰ ਹੀ ਖਾਂਦੇ ਆ। ਇਹਦੇ ਆਲੇ ਦੁਆਲੇ ਘੁੰਮ ਕੇ ਜਲ ਜਾਣਾ, ਇੱਦਾਂ ਨਹੀਂ ਮੂੰਹ ਲਾਉਣਾ ਹੈਗਾ, ਇਹਦੇ ਵਿੱਚ ਮਿਠਾਸ ਜ਼ਿਆਦਾ ਆ। ਠੀਕ ਹੈ, ਮਤਲਬ ਜਿਹੜੇ ਇਹ ਤੁਹਾਡਾ ਖੇਤ ਹੈ ਜੀ, ਇੱਧਰ ਅਵਾਰਾ ਪਸ਼ੂ ਆਉਂਦਾ ਹੈ ਤਾਂ ਉਹ ਇੱਧਰ ਨਹੀਂ ਵੜਦਾ ਹੈਗਾ, ਅਤੇ ਇਸ ਦੇ ਵਿੱਚ ਜਿਹੜਾ ਇਸ ਨੂੰ ਖਾਂਦੇ ਨੇ, ਸਿਰਫ ਮਿਠਾਸ ਕਰਕੇ ਖਾਂਦੇ ਆ, ਛੱਲੀ ਤੋੜ ਕੇ ਖਾ ਲੈਂਦੇ ਆ। ਬਾਕੀ ਟਾਂਡਾ ਵੀ ਮੰਨ ਲਓ, ਟਾਂਡਾ ਤਾਂ ਨਹੀਂ, ਜਦ ਉਹਨਾਂ ਨੂੰ ਛੱਲੀਆਂ ਦੇ ਦੀਆਂ, ਉਹ ਛੱਲੀਆਂ ਹੀ ਖਾਂਦੇ ਆ ਜਾਨਵਰ ਇੱਦਾਂ ਦੇ ਆ। ਠੀਕ ਹੈ, ਹਾਂਜੀ ਹਾਂਜੀ, ਮਿਠਾਸ ਬਹੁਤ ਆ, ਇਸ ਕਰਕੇ ਇਹਨੂੰ ਜ਼ਿਆਦਾ ਜਾਨਵਰ ਪੈ ਰਿਹਾ ਹੈਗਾ ਜੀ। ਅਤੇ ਇਸ ਤੋਂ ਇਲਾਵਾ ਜਿਹੜਾ ਇਸ ਦੇ ਉੱਪਰ ਖਰਚਾ ਹੈ, ਚਾਹੇ ਉਹ ਰੇਹ ਦੀ ਗੱਲ ਕੀਤੀ ਜਾਵੇ ਜਾਂ ਪਾਣੀ ਲਾਉਣ ਦੀ ਜੀ, ਅਤੇ ਇੱਧਰ ਖਾਦ ਦੀ ਗੱਲ ਕੀਤੀ ਜਾਵੇ ਜਾਂ ਪਾਣੀ ਦੀ, ਉਹ ਕਿੰਨਾ ਕੁ ਫਰਕ ਹੈ ਇਹਨਾਂ ਦਾ? ਕੋਈ ਫਰਕ ਨਹੀਂ ਹੈਗਾ, ਸੇਮ ਡੇ ਬਿਜਾਈ ਆ, ਔਰ ਸੇਮ ਜੋ ਖਾਦ ਇਹਨੂੰ ਪਾਈ ਉਹੀ ਇਹਨੂੰ ਪਾਈ ਹੈਗੀ ਆ, ਕੋਈ ਫਾਲਤੂ ਖਰਚ ਨਹੀਂ ਪਈ, ਇਹਦੇ 'ਤੇ ਜ਼ਿਆਦਾ ਕੀਤਾ, ਇਹਦੇ 'ਤੇ ਘੱਟ, ਸੇਮ ਹੈਗਾ ਜੀ। ਅਤੇ ਆਪਣੇ ਨਾਲ ਹੋਰ ਕਿਸਾਨ ਵੀਰ ਨੇ, ਤੁਹਾਡਾ ਨਾਮ ਕੀ ਹੈ? ਲਖਵੀਰ ਸਿੰਘ ਜੀ ਮੇਰਾ ਨਾਮ। ਪਿੰਡ ਕਿਹੜਾ ਤੁਹਾਡਾ? ਮੇਰਾ ਪਿੰਡ ਫਾਦਮਾ। ਠੀਕ ਹੈ, ਅਤੇ ਲਖਵੀਰ ਸਿੰਘ ਤੁਹਾਨੂੰ ਕੀ ਫਰਕ ਲੱਗਿਆ ਜੋ ਵੀ ਇਹ ਦੋਨਾਂ ਕੰਪਨੀਆਂ ਦੇ ਵਿੱਚ? ਇਹਦੀ ਲੈਂਥ ਦਾ ਹੀ ਫਰਕ ਆ ਜ਼ਿਆਦਾ ਜੀ, ਜਾਂ ਦਾਣਿਆਂ ਦੀ ਮਾਤਰਾ ਇਹ 'ਚ ਜ਼ਿਆਦਾ। ਠੀਕ ਹੈ, ਹਾਂਜੀ ਹਾਂਜੀ। ਅਤੇ ਬੂਟਿਆਂ ਦਾ ਕੋਈ ਫਰਕ ਲੱਗ ਰਿਹਾ? ਬੂਟਿਆਂ 'ਚ ਹਰਿਆਵਲ ਜ਼ਿਆਦਾ ਇਸ ਬੀਜ। ਠੀਕ ਹੈ, ਜਿਵੇਂ ਕੰਪਨੀ ਇੱਕ ਕਹਿ ਰਹੀ ਹੈ, ਕੰਪਨੀ ਵੱਲੋਂ ਦਾਅਵਾ ਕੀਤਾ ਜਾ ਰਿਹਾ ਕਿ ਇਸ ਦੀ ਛੱਲੀ ਤੋੜਨ ਤੋਂ ਬਾਅਦ ਵੀ ਜਿਹੜੇ ਬੂਟੇ ਨੇ ਉਹ ਲੰਬਾ ਟਾਈਮ ਹਰੇ ਹੀ ਰਹਿੰਦੇ ਨੇ, ਹਰਿਆਵਲ ਨੂੰ ਨਹੀਂ ਤੋੜਦੇ। ਅਤੇ ਸਾਈਲੇਜ ਬਣਾਉਣ ਦੇ ਵਿੱਚ ਜੇ ਮੱਕੀ ਸਮੇਤ ਬਣਾਉਂਦੇ ਹਾਂ ਤਾਂ ਗਲੂਕੋਜ਼ ਦੀ ਮਾਤਰਾ ਡਬਲ ਹੈ, ਮਿਠਾਸ ਦੁੱਗਣੀ ਹੈ। ਅਤੇ ਜੇਕਰ ਛੱਲੀ ਤੋੜ ਲੈਂਦੇ ਹਾਂ ਤਾਂ ਇਕੱਲੇ ਟਾਂਡੇ ਵੀ ਰਹਿੰਦੇ ਨੇ, ਉਹਨਾਂ 'ਚ ਹਰਿਆਵਲ ਜਿਹੜੀ ਲਗਾਤਾਰ ਬਣੀ ਰਹਿੰਦੀ, ਅਤੇ ਉਹ ਸਾਈਲੇਜ ਦੇ ਫਿਰ ਵੀ ਵਧੀਆ ਕੰਮ ਆਉਂਦੀ ਹੈ। ਤੁਹਾਨੂੰ ਇਹ ਕਿਵੇਂ ਲੱਗਿਆ? ਲੱਗਦੀ ਤਾਂ ਇੱਦਾਂ ਹੀ ਹੈ ਜੀ। ਠੀਕ ਹੈ, ਅਤੇ ਇਸ ਤੋਂ ਇਲਾਵਾ ਇੱਥੇ ਹੋਰ ਕਿਸਾਨ ਵੀਰ ਨੇ, ਬਾਈ ਤੁਹਾਡਾ ਨਾਮ ਕੀ, ਕਿੱਥੋਂ ਆਏ ਤੁਸੀਂ? ਅਮਨਦੀਪ ਜੀ, ਫਾਦਮਾ ਤੋਂ। ਠੀਕ ਹੈ, ਤੁਹਾਡਾ ਪਿੰਡ ਫਾਦਮਾ ਹੈ, ਇੱਥੇ ਹੁਸ਼ਿਆਰਪੁਰ ਦੇ ਪਿੰਡ? ਹਾਂਜੀ ਹਾਂਜੀ। ਠੀਕ ਹੈ, ਹੁਸ਼ਿਆਰਪੁਰ ਜੀ। ਤੁਹਾਨੂੰ ਕੀ ਖਾਸ ਲੱਗਿਆ ਇਸ ਬੀਜ ਦੇ ਵਿੱਚ? ਜਿਹੜੇ ਚਾਂਦ ਸੀਡ ਕੰਪਨੀ ਦਾ C1415 ਅਤੇ ਇੱਧਰ ਇੱਕ ਹੋਰ ਪ੍ਰਾਈਵੇਟ ਕੰਪਨੀ ਦਾ, ਵਧੀਆ ਨਾਮੀ ਵੱਡੀ ਕੰਪਨੀ ਇੱਧਰ ਵੀ, ਇਹਦਾ ਲੈਂਥ ਦਾ ਜੀ ਲੰਬਾਈ ਥੋੜ੍ਹਾ ਲੈਂਥ ਜ਼ਿਆਦਾ ਆ ਜੀ, ਅਤੇ ਇੱਕ ਲਾਈਨਾਂ ਜ਼ਿਆਦਾ ਇਹਦੇ ਵਿੱਚ, ਅਤੇ ਇੱਕ ਇਹਦਾ ਜਿਹੜਾ ਟਾਂਡਾ ਆ ਉਹ ਹਰੇ ਪੰਚ ਜ਼ਿਆਦਾ ਆ ਜੀ। ਹਾਂਜੀ, ਅਤੇ ਇੱਕ ਆਪਾਂ ਇਹਨਾਂ ਨਾਲ ਗੱਲ ਕਰਨੀ ਚਾਹਾਂਗੇ, ਹਰਜਿੰਦਰ ਸਿੰਘ, ਜਿਸ ਤਰ੍ਹਾਂ ਇਹ ਬੀਜ ਚਾਹੇ ਇਹ ਕੰਪਨੀ ਦਾ ਚਾਹੇ ਇਹ ਵੇ, ਇੱਧਰ ਹੁਸ਼ਿਆਰਪੁਰ ਦੇ ਜਿਹੜਾ ਪਹਾੜੀ ਏਰੀਆ ਇਹਦੇ ਨੇੜੇ ਤੇੜੇ ਝਾੜ ਜਿਹੜਾ ਔਸਤ ਕਿੰਨਾ ਰਹਿੰਦਾ ਗਿੱਲੀ ਮੱਕੀ ਦਾ, ਜਿਹੜੀ ਸਿੱਧੀ ਵਢਾਈ? ਜਿਹੜੀ ਸਾਡੇ ਇਸ ਏਰੀਏ ਦੇ ਵਿੱਚ ਕਰੀਬ ਗਿੱਲੀ ਮੱਕੀ ਦਾ 60 ਕੁਇੰਟਲ ਤੋਂ ਕਰੀਬ ਹੋ ਜਾਂਦਾ ਹੈ, 50 ਤੋਂ 60 ਸਾਡੇ ਨੋਰਮਲ ਆ ਜੀ। ਜੀ, 50 ਤੋਂ 60 ਲਗਭਗ ਕਹਿ ਲਈਏ ਐਵਰੇਜ ਜਿਹੜੀ 50 ਕੁਇੰਟਲ ਦੀ ਹੈ। ਹਾਂਜੀ, ਅਤੇ ਜਿਹੜੀ ਸੁੱਕੀ ਮੱਕੀ ਹੈ ਫਿਰ, ਜਿਹੜਾ ਆਪਾਂ ਪੂਰੀ ਤਰ੍ਹਾਂ ਸੁਕਾ ਲਿਆ ਜਾਂਦਾ ਦਾਣਾ, ਉਹ ਝਾੜ ਕਿੰਨਾ ਰਹਿੰਦਾ? 40 ਕੁਇੰਟਲ। ਠੀਕ ਹੈ, 40-42-42 ਇੱਥੇ ਤਾਂ ਹੀ ਰਹਿੰਦਾ ਹੈਗਾ। ਠੀਕ ਹੈ, ਹਾਂਜੀ। ਅਤੇ ਜੇ ਗੱਲ ਕੀਤੀ ਆਪਾਂ ਖੁਰਾਕ ਦੀ, ਖੁਰਾਕ ਦੋਨਾਂ ਨੂੰ ਬਰਾਬਰ ਹੈ? ਖੁਰਾਕ ਬਿਲਕੁਲ। ਸਾਈਲੇਜ ਦੀ ਗੱਲ ਕੀਤੀ ਜਾਵੇ ਤਾਂ ਕੰਪਨੀ ਦਾ ਕਹਿਣਾ ਕਿ ਇਹਦੇ 'ਚ ਜੂਸ ਦੀ ਮਾਤਰਾ ਵੀ ਵੱਧ ਹੈ, ਬਿਲਕੁਲ ਲਗਾਤਾਰ ਸਿੱਲ ਬਣੀ ਰਹਿੰਦੀ ਹੈ, ਹਾਂਜੀ ਹਾਂਜੀ, ਖਰਾਬ ਨਹੀਂ ਹੁੰਦਾ ਹੈਗਾ, ਅਤੇ ਮਿਠਾਸ ਦੁੱਗਣੀ ਹੈ ਜੀ। ਜੀ, ਅਤੇ ਇਸ ਦੇ ਨਾਲ ਨਾਲ ਜਿਹੜੀ ਜੜ੍ਹਾਂ ਨੇ ਉਹ ਇਹਨਾਂ ਦੇ ਟਿਕਾ ਦੇ ਵਿੱਚ ਕੋਈ ਫਰਕ ਹੈ ਵੀ ਇਹਦੇ ਟਾਂਡੇ ਜਿਹੜੇ ਨੇ ਟੁੱਟਦੇ ਨੇ ਜਾਂ ਡਿੱਗਦੇ ਨੇ, ਜਾਂ ਇਹਦੇ ਟਾਂਡੇ ਟੁੱਟਦੇ ਨੇ ਜਾਂ ਡਿੱਗਦੇ ਨੇ? ਇੱਦਾਂ ਦਾ ਕੋਈ ਨਹੀਂ ਹੈਗਾ, ਨਾ ਟੁੱਟਦੇ ਆ, ਵੈਸੇ ਇਹ ਵੀ ਸਹੀ ਆ, ਇਹ ਵੀ ਆਪਣੀ ਜਗ੍ਹਾ ਸਹੀ ਆ, ਟਾਂਡਿਆਂ ਦਾ ਕੋਈ ਚੱਕਰ ਨਹੀਂ ਟੁੱਟਣ ਦਾ, ਸਿਰਫ ਕੀ ਆ ਉਹਦੇ ਵਿੱਚ ਉਹਦੀ ਜਿਹੜੀ ਸਾਨੂੰ ਜਿਸ ਚੀਜ਼ ਦੀ ਜ਼ਰੂਰਤ ਆ, ਸਾਨੂੰ ਚਾਹੀਦਾ ਝਾੜ, ਉਹਦਾ ਝਾੜ ਜ਼ਿਆਦਾ ਹੈ, ਜੋ ਉਹਦੇ ਹਾਲਾਤ ਜੋ ਦਿਸਦੀਆਂ ਪਈਆਂ ਛੱਲੀਆਂ ਦੇ ਹਿਸਾਬ ਨਾਲ ਉਹਦਾ ਝਾੜ ਜ਼ਿਆਦਾ ਹੈ। ਟਾਂਡਿਆਂ 'ਚ ਕੋਈ ਕਮੀ ਨਹੀਂ, ਨਾ ਉਹਦੀਆਂ ਕਮੀ ਆ, ਨਾ ਇੱਧਰ ਕਮੀ ਹੈਗੀ। ਅਤੇ ਹਰਜਿੰਦਰ ਸਿੰਘ, ਜਿਹੜੇ ਇਹਨਾਂ ਦੇ ਬੂਟੇ ਨੇ ਉਹਨਾਂ ਦੀ ਲੰਬਾਈ
ਅਤੇ ਜਿਹੜੀ ਮੋਟਾਈ ਹੈ ਉਹ ਤੁਹਾਨੂੰ ਕਿੰਨਾ ਕੁ ਫਰਕ ਲੱਗ ਰਿਹਾ? ਇਹਦੀ ਲੈਂਥ ਜ਼ਿਆਦਾ ਹੈਗੀ ਆ, ਕਰੀਬ ਅੱਧਾ ਫੁੱਟ ਦੇ ਕਰੀਬ, ਫੁੱਟ ਦੇ ਕਰੀਬ ਜ਼ਿਆਦਾ ਆ। ਸੀ 14-15? ਹਾਂਜੀ, ਸੀ 14-15। ਠੀਕ ਹੈ। ਅਤੇ ਮੋਟਾਈ ਤਾਂ ਠੀਕ ਸੇਮ ਹੀ ਹੈਗੀ ਆ। ਠੀਕ ਹੈ। ਅਤੇ ਇਸ ਦੇ ਨਾਲ ਨਾਲ ਜਿਵੇਂ ਆਪਾਂ ਇੱਧਰ ਗੱਲ ਕਰੀਏ, ਆਹ ਕੰਪਨੀ ਦੇ ਜਿਹੜੇ ਇੱਧਰ ਨੇ ਟਾਂਡੇ ਸਾਰੇ ਨੇ, ਅਸੀਂ ਵਿੱਚੋਂ ਦਿਖਾਉਣ ਦੇ ਯਤਨ ਕਰਾਂਗੇ ਆਪਾਂ। ਇਹ ਤੁਸੀਂ ਵੇਖ ਸਕਦੇ ਹੋ ਜਿਹੜੇ ਇਹ ਬੂਟੇ ਨੇ, ਹੁਣ ਆਪਾਂ ਵੇਖ ਰਹੇ ਹਾਂ, ਇੱਕ ਵਧੀਆ ਬ੍ਰਾਂਡ ਦਾ ਇਹ ਬੀਜ ਹੈ, ਨਾਮੀ ਗ੍ਰਾਮੀ ਕੰਪਨੀ ਹੈ ਜਿਹਦੇ ਆਪਾਂ ਹੁਣ ਇਹ ਵੇਖੇ ਨੇ ਬੂਟੇ। ਅਤੇ ਇੱਧਰ ਇਹ ਚਾਂਦ ਸੀਡ ਕੰਪਨੀ ਦੀ ਸੀ 14-15, ਪਰ ਇਹਨਾਂ ਦੇ ਬੂਟੇ ਦੀ ਜਿਹੜੀ ਹਰਿਆਵਲ ਵੀ ਜ਼ਿਆਦਾ ਅਤੇ ਮੋਟੇ ਵੀ ਜ਼ਿਆਦਾ ਨੇ, ਸਿਰ ਹੇਠਾਂ ਤੋਂ ਲੈ ਕੇ ਉੱਪਰ ਤੱਕ ਮੋਟਾਈ ਜ਼ਿਆਦਾ ਜੋ ਵੇਖਣ 'ਚ ਲੱਗ ਰਹੀ ਹੈ। ਅਤੇ ਤੁਸੀਂ ਭਾਈ ਸਾਹਿਬ, ਤੁਹਾਡਾ ਨਾਮ ਕੀ, ਕਿੱਥੋਂ ਆਏ ਤੁਸੀਂ? ਫਦਮਾ ਤੋਂ ਆਏ ਜੀ। ਠੀਕ ਹੈ, ਤੁਹਾਡਾ ਜੀ ਫਦਮਾ ਪਿੰਡ ਹੈ। ਤੁਹਾਨੂੰ ਦੋਨਾਂ ਦੇ ਵਿੱਚ ਕਿਹੜੀ ਹੁਣ ਤੱਕ ਜੋ ਆਪਾਂ ਵੇਖ ਰਹੇ ਹਾਂ ਸਾਹਮਣੇ, ਕਿਉਂਕਿ ਵਿਚਾਲੇ ਵੱਟ ਹੈ ਅਤੇ ਦੋਨੇ ਪਾਸੇ ਅਲੱਗ ਅਲੱਗ ਕੰਪਨੀਆਂ ਨੇ, ਤੁਹਾਨੂੰ ਕਿਹੜਾ ਠੀਕ ਲੱਗ ਰਿਹਾ? ਸਾਨੂੰ ਤਾਂ ਇਹੀ ਠੀਕ ਲੱਗ ਰਿਹਾ। ਇਹੀ ਠੀਕ ਲੱਗ ਰਿਹਾ। ਠੀਕ ਹੈ। ਜਿਸ ਤਰ੍ਹਾਂ ਕੰਪਨੀ ਵੱਲੋਂ ਕਿਹਾ ਜਾਂਦਾ ਕਿ ਇਹਦੇ ਵਿੱਚ ਆਮ ਜਿਹੜੇ ਮੱਕੀ ਦੇ ਬੀਜ ਨੇ ਉਹਨਾਂ ਦੇ ਵਿੱਚ 9% ਪਲੱਸ ਮਿਠਾਸ ਹੁੰਦੀ ਹੈ, ਗਲੂਕੋਜ਼ ਦੀ ਮਾਤਰਾ, ਪਰ ਜਿਹੜੀ ਸੀ 14-15 ਇਹਦੇ ਵਿੱਚ 18% ਜੋ ਕੰਪਨੀ ਦੱਸ ਰਹੀ ਹੈ। ਅਤੇ ਇਸ ਦੇ ਨਾਲ ਨਾਲ ਪੱਤਿਆਂ ਦੇ ਵਿੱਚ ਜੂਸ ਦੀ ਮਾਤਰਾ ਜਿਹੜੀ ਹੈ ਬਹੁਤ ਜ਼ਿਆਦਾ, ਸੀ 14-15 'ਚ ਲਗਾਤਾਰ ਪੱਤੇ ਹਰੇ ਰਹਿੰਦੇ ਨੇ। ਅਤੇ ਇਸ ਤੋਂ ਇਲਾਵਾ ਦਾਣਿਆਂ ਦੀ ਜਿਹੜੀਆਂ ਲਾਈਨਾਂ ਨੇ ਉਹਨਾਂ ਦੇ ਵਿੱਚ ਵੀ ਫਰਕ ਹੈ ਕਿ ਇੱਧਰ ਜਿਹੜੀਆਂ ਲਾਈਨਾਂ ਅਤੇ ਲੰਬਾਈ ਅਤੇ ਦਾਣਿਆਂ ਦੇ ਵਿੱਚ ਸੰਖਿਆ ਜਿਹੜੀ ਹੈ ਉਹ ਕਾਫੀ ਘੱਟ ਹੈ ਇੱਧਰੋਂ ਸੀ 14-15।